ਹੱਥ ਜੋੜਦਾ ਰਿਹਾ ਸੁਨਿਆਰ ਤੇ ਚੋਰ ਦੁਕਾਨ ਕਰ ਗਏ ਖਾਲੀ। 3 ਮਿੰਟ 'ਚ 2 ਚੋਰਾਂ ਨੇ ਸਾਰੀ ਦੁਕਾਨ ਕਰ ਦਿੱਤੀ ਸਾਫ। ਤਾਂ ਦੱਸ ਦਈਏ ਕਿ ਵੱਡੀ ਚੋਰੀ ਦੀ ਵਾਰਦਾਤ ਨੂੰ 2 ਚੋਰਾਂ ਨੇ ਅੰਜਾਮ ਦਿੱਤਾ ਹੈ, ਜਿੱਥੇ ਇਹ ਦੋਨੋਂ ਚੋਰ ਰਾਹ ਦੇ ਕਰੀਬ 8 ਵਜੇ ਦੀ ਗੱਲ ਹੈ ਜਦੋਂ ਇਹ ਇੱਕ ਸੁਨਿਆਰ ਦੀ ਦੁਕਾਨ ਦੇ ਵਿੱਚ ਵੜਦੇ ਨੇ। ਤਾਂ ਇਹ ਸੁਨਿਆਰ ਨੂੰ ਹਥਿਆਰ ਦਿਖਾਉਂਦੇ ਨੇ ਤੇ ਹਥਿਆਰ ਦੇ ਜ਼ੋਰ ਤੇ ਇਹ 3 ਮਿੰਟਾਂ ਦੇ ਅੰਦਰ ਅੰਦਰ ਸਾਰੀ ਦੁਕਾਨ ਖਾਲੀ ਕਰ ਦਿੰਦੇ ਨੇ। ਮੌਕੇ ਤੇ ਜੋ ਵੀ ਸਮਾਨ ਪਿਆ ਹੁੰਦਾ ਇਹ ਸਾਰਾ ਆਪਣੇ ਬੈਗ ਦੇ ਵਿੱਚ ਭਰ ਕੇ ਨਾਲ ਲੈ ਜਾਂਦੇ ਨੇ। ਤੇ ਜਦ ਇਹ ਚੋਰੀ ਕਰ ਰਹੇ ਹੁੰਦੇ ਨੇ ਤਾਂ ਸੁਨਿਆਰ ਇਹਨਾਂ ਦੇ ਅੱਗੇ ਹੱਥ ਵੀ ਜੋੜ ਰਿਹਾ ਹੁੰਦਾ ਹੈ ਕਿ ਅਜਿਹਾ ਨਾ ਕਰੋ, ਪਰ ਫਿਰ ਵੀ ਇਹ ਚੋਰ ਉੱਥੋਂ ਸਾਰਾ ਸਮਾਨ ਗਹਿਣੇ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਸਾਰੀ ਵਾਰਦਾਤ ਕੋਲ ਲੱਗੇ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦ ਸੁਨਿਆਰ ਦੁਕਾਨ ਦੇ ਵਿੱਚ ਇਕੱਲਾ ਖੜਾ ਹੁੰਦਾ ਹੈ ਤਾਂ ਇਹ 2 ਚੋਰ ਮੂੰਹ 'ਤੇ ਮਾਸਕ ਪਾ ਕੇ ਅਤੇ ਬੈਗ ਟੰਗ ਕੇ ਦੁਕਾਨ ਦੇ ਵਿੱਚ ਵੜਦੇ ਨੇ, ਜਿਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਇੱਕ ਚੋਰ ਹਥਿਆਰ ਦਿਖਾਉਂਦਾ ਉਸ ਸੁਨਿਆਰ ਨੂੰ, ਜਿਸ ਤੋਂ ਬਾਅਦ ਦੂਸਰਾ ਚੋਰ ਹੈ ਜਿਹੜਾ ਉਹ ਮੌਕੇ 'ਤੇ ਪਏ ਸਾਰੇ ਗਹਿਣੇ ਹੁੰਦੇ ਨੇ ਉਹ ਬੈਗ ਦੇ ਵਿੱਚ ਭਰ ਲੈਂਦਾ, ਜਿਸ ਤੋਂ ਬਾਅਦ ਇਹ ਸੁਨਿਆਰ ਰੋਂਦਾ ਵੀ ਦਿਖ ਰਿਹਾ, ਹੱਥ ਜੋੜਦਾ ਇਹਨਾਂ ਨੂੰ ਬੇਨਤੀ ਕਰਦਾ ਹੋਇਆ ਨਜ਼ਰ ਆ ਰਿਹਾ। ਪਰ ਇਹ ਚੋਰ ਫਿਰ ਵੀ ਨਹੀਂ ਰੁਕਦੇ, ਇਹ ਸਾਰੇ ਗਹਿਣੇ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਆ। ਤਾਂ ਦੱਸ ਦਈਏ ਕਿ ਮਾਮਲਾ ਗੁਰੂਗ੍ਰਾਮ ਦਾ ਹੈ, ਜਿੱਥੇ ਇਹਨਾਂ 2 ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਦੋਨਾਂ ਬਦਮਾਸ਼ਾਂ ਦੀ ਸ਼ਨਾਖਤ ਵੀ ਕਰ ਲਈ ਗਈ ਹੈ ਅਤੇ CCTV ਦੇ ਆਧਾਰ 'ਤੇ ਹੁਣ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ।